कर रहा है ये जड़ी वो इदी मिनती वो कर रहा है मैं नहीं दसदा दा एक्शन साहब है सत श्रीकाल जी ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ ਪੰਜਾਬ ਦੇ ਲੁਧਿਆਣਾ ਵਿੱਚ ਵਿਜੀਲੈਂਸ ਨੇ ਵੇਅਰ ਹਾਊਸ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਦਬਿਸ਼ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਵੈਦ ਨੇ ਇਨਕਮ ਤੋਂ ਵੱਧ ਪ੍ਰਾਪਰਟੀ ਬਣਾਈ ਹੈ ਜਿਸ ਕਾਰਨ ਅੱਜ ਵਿਜੀਲੈਂਸ ਨੇ ਉਹਨਾਂ ਦੇ ਘਰ ਸਰਾਬਾ ਨਗਰ ਸਥਿਤ ਦਬਿਸ਼ ਦਿੱਤੀ ਹੈ ਵਿਜੀਲੈਂਸ ਅਧਿਕਾਰੀ ਲਗਾਤਾਰ ਵੈਦ ਤੇ ਪਿਛਲੇ ਕਈ ਮਹੀਨਿਆਂ ਤੋਂ ਨਜ਼ਰ ਜਮਾਏ ਹੋਏ ਸੀ ਪੁਖਤਾ ਸੂਚਨਾ ਦੇ ਮੁਤਾਬਕ ਅੱਜ ਵਿਜੀਲੈਂਸ ਦੇ ਅਧਿਕਾਰੀਆਂ ਨੇ ਵੈਦ ਦੇ ਘਰ ਛਾਪੇਮਾਰੀ ਕੀਤੀ ਹੈ ਅਧਿਕਾਰੀਆਂ ਨੇ ਹਾਲੇ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਜਾਇਦਾਦ ਦੇ ਕਾਗਜ਼ ਤੇ ਹੋਰ ਵੀ ਕਈ ਚੀਜ਼ਾਂ ਵਿਜੀਲੈਂਸ ਚੈੱਕ ਕਰ ਰਹੀ ਹੈ ਉੱਥੇ ਹੀ ਕੁਝ ਬੈਂਕ ਖਾਤਿਆਂ ਤੇ ਵੀ ਅਧਿਕਾਰੀ ਨਜ਼ਰ ਬਣਾਏ ਹੋਏ ਹੈ ਦੱਸਦੇ ਕਿ ਕੁਲਦੀਪ ਵੈਦ ਆਪਣੇ ਮਹਾਨਗਰ ਦੇ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹੈ ਸਿੱਧੇ ਨਾਲ ਕਾਂਗਰਸ ਵਿੱਚ ਅੱਛੀ ਪਕੜ ਹੋਣ ਦੇ ਕਾਰਨ ਉਹ ਰਾਜਨੀਤੀ ਵਿੱਚ ਆਏ ਅਤੇ ਹਲਕਾ ਗਿੱਲ ਤੋਂ ਵਿਧਾਇਕ ਬਣੇ ਤੇ ਫਿਲਹਾਲ ਵਿਜੀਲੈਂਸ ਅਧਿਕਾਰੀ ਪੜਤਾਲ ਦੇ ਵਿੱਚ ਜੁਟੇ ਨੇ ਬਰੀਫ ਨਹੀਂ ਕਰ ਸਕਦੇ ਫਿਰ ਪਤਾ ਕੀ ਹੈ ਸਾਰੇ ਬਾਹਰ ਇਹ ਟੈਕਨੀਕਲ ਟੀਮ ਸਾਡੀ ਆਈ ਹੈ ਐਕਸੀਐਨ ਸਾਹਿਬ ਆਏ ਉਹ ਦੱਸ ਸਕਦੇ ਕੋਈ ਮੈਂ ਨਹੀਂ ਦੱਸ ਸਕਦਾ ਉਹ ਕਰ ਰਿਹਾ ਇਹ ਜਿਹੜੀ ਉਹ ਇਹਦੀ ਮਿੰਟੀ ਉਹ ਕਰ ਰਿਹਾ ਮੈਂ ਨਹੀਂ ਦੱਸ ਸਕਦਾ ਐਕਸੀਐਨ ਸਾਹਿਬ ਹੈਗੇ ਕੁਝ ਦੱਸ ਕੋਈ ਕੋਈ ਜ਼ਮੀਨ ਨੂੰ ਲੈ ਕੇ ਨਹੀਂ ਵਿਜੀਲੈਂਸ ਇਨਕੁਆਰੀ ਦੇ ਸੰਬੰਧ ਚ ਆਏ ਆ ਉਹਦੇ ਬਾਰੇ ਚੱਲ ਰਹੀ ਹੈ ਪੜਤਾਲ ਇਹ ਨਹੀਂ ਥੱਲੇ ਕਰ ਦੂ ਭਾਈ ਸਰੋਤਾਂ ਦਾ ਕੁਲਦੀਪ ਵੈਦ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੇ ਬੇਹੱਦ ਕਰੀਬੀ ਹੈ ਸੂਤਰ ਦੱਸਦੇ ਹਨ ਕਿ ਚਰਨਜੀਤ ਸਿੰਘ ਚੰਨੀ ਦੇ ਲਈ ਵਿਜੀਲੈਂਸ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ ਇਸ ਤੋਂ ਬਾਅਦ ਤੋਂ ਵਿਜੀਲੈਂਸ ਹੱਥ ਕਾਫੀ ਕੁਝ ਸੁਰਾਗ ਲੱਗੇ ਨੇ ਜਿਸ ਤੋਂ ਬਾਅਦ ਵੈਦ ਦੇ ਘਰ ਵੀ ਅੱਜ ਦਬਿਸ਼ ਦਿੱਤੀ ਗਈ ਹੈ ਤਾਂ ਇਸ ਤੋਂ ਪਹਿਲਾਂ ਇਹ ਵੀ ਦੱਸਦੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਵੱਲੋਂ ਭ੍ਰਿਸ਼ਟਾਚਾਰ ਨੂੰ ਲੈ ਕੇ ਕਿਹਾ ਗਿਆ ਸੀ ਕਿ ਕਾਂਗਰਸ ਦੇ ਕਈ ਲੋਕਾਂ ਦੇ ਨਾਮ ਉਹਨਾਂ ਦੇ ਕੋਲ ਹੈ ਜਿਨ੍ਹਾਂ ਨੇ ਘੁਟਾਲੇ ਕੀਤੇ ਹੈ ਤੇ ਜਿਸ ਤੋਂ ਬਾਅਦ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦੇ ਵੱਖ-ਵੱਖ ਲੀਡਰਸ ਦਾ ਕਹਿਣਾ ਸੀ ਕਿ ਰਾਜਨੀਤੀ ਦੇ ਵਿੱਚ ਜਿਹੜਾ ਬਦਲਾਖੋਰੀ ਦੀ ਰਾਜਨੀਤੀ ਹੈ ਉਸ ਦੇ ਤਹਿਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਕੁਝ ਸੀਐਮ ਮਾਨ ਨੇ ਜਿਹੜਾ ਇਹ ਵਿਧਾਨ ਸਭਾ ਦੇ ਵਿੱਚ ਕਿਹਾ ਸੀਗਾ ਤੇ ਇਸ ਤਰੀਕੇ ਦੇ ਨਾਲ ਰਾਜਨੀਤੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਾਣਬੁੱਝ ਕੇ ਜਿਹੜਾ ਕਾਂਗਰਸੀ ਆਗੂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਫਿਲਹਾਲ ਰੇਡ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਇਸ ਰੇਡ ਦਾ ਕੀ ਕੁਝ ਅੱਗੇ ਰਿਜ਼ਲਟ ਨਿਕਲਦਾ ਜਾਂ ਕੀ ਕੁਝ ਜਿਹੜਾ ਵਿਜੀਲੈਂਸ ਦੇ ਹੱਥ ਲੱਗਦਾ ਹੈ ਤੁਸੀਂ ਬਣੇ ਰਹੋ ਪੰਜਾਬ ਟੁਡੇ ਦੇ ਨਾਲ ਸਤਿ ਸ਼੍ਰੀ ਅਕਾਲ